ਹੈਲੋ। ਹਾਂ ਜੀ ਭੈਣ ਜੀ, ਹਾਂ ਮੈਂ ਫੋਨ ਕੀਤਾ ਸੀ। ਮੈਂ ਨਾ ਬੜੀ ਪ੍ਰੋਬਲਮ ਵਿੱਚ ਫਸ ਗਈ ਭੈਣ ਜੀ, ਮੈਂ ਕੀ ਦੱਸਾਂ। ਮੈਂ ਨਾ ਸ਼ਾਮੀ ਪੰਮੀ ਨੂੰ ਦੇਖਣ ਵਾਲੇ ਲੜਕੇ ਵਾਲੇ ਆ ਰਹੇ ਨੇ, ਔਰ ਕੰਮ ਵਾਲੀ ਨਹੀਂ ਆਈ। ਦੇਖੋ 10 ਵੱਜ ਚੁੱਕੇ ਨੇ, 8 ਵਜੇ ਆ ਜਾਂਦੀ ਸੀ ਇਹ, ਫੋਨ ਕਰੀ ਫੋਨ ਨਹੀਂ ਚੁੱਕ ਰਹੀ। ਕਮੀਨੀ, ਤੁਸੀਂ ਆਪਣੀ ਕੰਮ ਵਾਲੀ ਭੇਜ ਦਿਓ ਪਲੀਜ਼ 2 ਘੰਟੇ ਵਾਸਤੇ। ਕੀ ਤੁਹਾਡੀ ਵੀ ਨਹੀਂ ਆਈ? ਹਾਏ ਰੱਬਾ, ਕੋਈ ਸਟ੍ਰਾਈਕ ਤਾਂ ਨਹੀਂ ਹੈਗੀ ਕੰਮ ਵਾਲਿਆਂ ਦੀ? ਮੈਂ ਤਾਂ ਮਰ ਜਾਣਾ ਕੱਲ੍ਹ ਵੀ ਨਾ ਆਈ ਤਾਂ। ਅੱਛਾ ਤੁਸੀਂ ਰਹਿਣ ਦਿਓ, ਰੱਖੋ ਰੱਖੋ, ਮੈਂ ਦੇਖਣੀ ਆ, ਹੋਰ ਕੁਝ ਦੇਖਣੀ ਆ, ਮੈਂ ਰੱਖੋ ਪਲੀਜ਼। ਕੰਮ ਵਾਲੀ ਬਣ ਗਈ ਹੂੰ ਮੈਂ। ਦੇਖੋ ਸੁਬਹ ਸੇ ਝਾੜੂ ਲੈ ਕੇ ਪੋਚੇ ਕਰ ਰਹੀ ਹੂੰ, ਪਤਾ ਨਹੀਂ ਕਿਆ ਕਰ ਰਹੀ ਹੂੰ। ਮੇਰੇ ਜੈਸੀ ਹਸੀ ਨਾ ਆਪ ਦੇਖ ਲਓ, ਕੋਈ ਸੋਚ ਨਹੀਂ ਸਕਤਾ। ਬਾਹਰ ਮੇਰੀ ਜੋ ਇਮੇਜ ਹੈ ਨਾ ਕਿ ਇਹ ਘਰ ਮੇਂ ਝਾੜੂ ਪੋਚਾ ਵੀ ਕਰਤੀ ਹੋਏਗੀ, ਇਸਕੋ ਮੈਂ ਰੱਖ ਦੂੰ ਪਹਿਲੇ ਸਿਆਪਾ। ਮੈਂ ਪਾਸ ਆ ਕੇ ਬਾਤ ਕਰਤੀ, ਬਸ ਕਿਆ ਬਤਾਊਂ। ਸੁਣੋ ਮੈਂ ਨਾ ਆਜ ਇੱਕ ਆਪਕੋ ਬਾਤ ਬਤਾਤੀ ਹੂੰ, ਸੱਚੀ ਬਾਤ। ਇਸ MCP ਜਾਣਤੇ ਹੋ ਆਪ ਕਿਸਕੋ ਕਹਿਤੇ ਹੈ MCP? ਹੈਂ, ਮੈਂ ਬਾਤ ਬਤਾਤੀ ਹੂੰ ਆਪਣੇ ਹਸਬੈਂਡ ਕੀ। MCP ਅਸਲੀ MCP ਯੇ ਹੈ। ਮੈਂ ਸੁਬਹ ਮੈਨੇ ਇਨਕੋ ਬੋਲਾ, ਦੇਖੋ ਕੰਮ ਵਾਲੀ ਨਹੀਂ ਆ ਰਹੀ, ਮੇਰੇ ਪੇ ਟੋਂਟ ਮਾਰ ਰਹੇ, ਬੋਲਤੇ ਇਸ ਅੱਛਾ ਤੋ ਮੈਂ ਕੰਮ ਵਾਲੀ ਸੇ ਸ਼ਾਦੀ ਕਰ ਲਿੱਤਾ, ਨਾ ਸੈਲਰੀ ਦੇਣੀ ਪੜਤੀ, ਨਾ ਵੋ ਛੁੱਟੀ ਪੇ ਜਾਤੀ, ਤੂੰ ਤਾਂ ਹਾਊਸ ਵਾਈਫ ਹੈ, ਨਾ ਤੂੰ ਪੈਸਾ ਕਮਾਤੀ ਹੈ ਕੋਈ। ਅੱਜ ਕੱਲ੍ਹ ਖਰਚੇ ਚਲਤੇ ਹੈ, ਹਾਊਸ ਵਾਈਫ ਕਿਤਨੀ ਸਮਾਰਟ ਹੋਤੀ ਹੈ, ਇੰਗਲਿਸ਼ ਵੀ ਦੇਖੋ ਕਿਤਨੀ ਅੱਛੀ ਹੋਤੀ ਹੈ ਉਨਕੀ, ਐਸੀ ਬਾਤੇ ਕਰਤੇ ਮੇਰੇ ਸਾਥ। ਇੱਕ ਤਾਂ ਕੰਮ ਵਾਲੀ ਨਹੀਂ ਆਈ, ਮੈਂ ਕੰਮ ਵਾਲੀ ਬਣੀ ਹੋਈ ਹੂੰ, ਕੰਮ ਵਾਲੀ ਤਾਂ ਹੋਈ ਮੈਂ, ਹੋਰ ਹੂੰ ਕਿਆ ਮੈਂ। ਮੇਰਾ ਤਾਂ ਮਨ ਕਰਦਾ 2-4 ਘਰ ਪਕੜ ਲੂੰ, ਇਨਕੀ ਇੱਜ਼ਤ ਹੈ ਨਾ, ਮੁਝੇ ਪੜ੍ਹਨੇ ਦੀਆ। ਮੇਰੀ ਸ਼ਾਦੀ ਨਾ ਜਬ ਮੈਂ 18 ਸਾਲ ਕੀਤੀ ਤਬ ਹੋ ਗਈ, ਮੈਂ BA ਕਰ ਰਹੀ ਸੀ, ਔਰ ਮੈਨੇ ਬੋਲਿਆ ਮੈਂ MA ਕਰਨਾ, ਮੁਝੇ ਆਗੇ ਪੜ੍ਹਨੇ ਦੋ। ਕਹਿੰਦੇ ਨਹੀਂ, ਕਿਆ ਕਰਨਾ ਪੜ੍ਹ ਕੇ, ਅਬ ਕਿਆ ਬੱਚੇ ਹੋਰ ਪੈਦਾ ਕਰ ਦੀਏ, ਯੇ ਮੁਝੇ ਜੋਬ ਕਰਨੇ ਦੇਤੇ, ਬਾਤੇ ਕਰਾ ਲਓ ਇਨਸੇ, ਪ੍ਰੋਫੈਸ਼ਨਲ ਲੜਕੀਆਂ ਐਸੀ ਹੋਤੀ ਹੈ ਵੈਸੀ ਹੋਤੀ ਹੈ, ਅਬ ਇੰਗਲਿਸ਼ ਕਾ ਮੈਂ ਕਿਆ ਕਰੂੰ ਬਤਾਓ ਮੁਝੇ। ਇੱਕ ਦਿਨ ਭੈਣ ਜੀ ਕੋ ਸ਼ਿਕਾਇਤ ਕਰਤੀ ਹੂੰ ਮੈਂ ਇਨਕੀ, ਯੇ ਇਨਕੇ ਭੈਣ ਜੀ ਉਨਕੀ ਹੈ, ਮੇਰੀ ਭੈਣ ਜੀ ਨਹੀਂ ਹੈ, ਪੰਮੀ ਕੇ ਪਾਪਾ ਕੀ ਭੈਣ ਜੀ ਹੈ, ਬੜੀ ਭੈਣ ਜੀ। ਹੈਲੋ, ਹਾਂਜੀ ਭੈਣ ਜੀ, ਹਾਂ ਭੈਣ ਜੀ ਇੱਕ ਗੱਲ ਦੱਸੋ, ਅਤੇ ਤੁਹਾਡੇ ਪੰਮੀ ਤੁਹਾਡੇ ਭਰਾ ਜੀ ਨੇ ਨਾ ਮੈਨੂੰ ਬਹੁਤ ਤੰਗ ਕਰਕੇ ਰੱਖਿਆ ਹੈ, ਬਹੁਤ ਤੰਗ ਕੀਤਾ ਹੈ। ਇੱਕ ਤਾਂ ਕੰਮ ਵਾਲੀ ਨਹੀਂ ਆਈ, ਉੱਪਰ ਮੈਨੂੰ ਕਹਿ ਰਹੇ ਕਿ ਤੂੰ ਕੰਮ ਵਾਲੀ ਸੇ ਸ਼ਾਦੀ ਕਰ ਲੈਤਾ, ਮੈਂ ਜ਼ਿਆਦਾ ਸੁਖੀ ਤਾ। ਆਪ ਬਤਾਓ ਐਸਾ ਬੋਲਤਾ ਕੋਈ? ਤਰਸ ਨਹੀਂ ਆਤਾ ਇਨਕੋ ਮੇਰੇ ਉੱਪਰ, ਬਾਲ ਹੀ ਮੇਰੇ ਮੂੰਹ ਕੇ ਅੰਦਰ ਜਾ ਰਹੇ ਹੈ, ਸੁਬਹ ਸੇ ਕੰਘੀ ਕਰਨੇ ਕਾ ਵੀ ਟਾਈਮ ਨਹੀਂ ਮਿਲਤਾ ਮੁਝੇ, ਝਾੜੂ ਪਕੜ ਪਕੜ ਕੇ ਕਭੀ ਇਸ ਕਮਰੇ ਮੇਂ ਕਭੀ ਉਸ ਕਮਰੇ ਮੇਂ, ਆਪ ਬੈਠੇ ਹੋਏ TV ਦੇਖ ਰਹੇ ਬਸ। ਇੱਕ ਬਾਤ ਬਤਾਓ, ਇੰਗਲਿਸ਼ ਮੁਝੇ ਨਹੀਂ ਆਤੀ, ਇਸ ਮੇਰਾ ਕਿਆ ਕਸੂਰ ਹੈ? ਮੈਨੇ ਬੜੀ ਕੋਸ਼ਿਸ਼ ਕਰੀ, ਪੜ੍ਹਨੇ ਇਹਨੂੰ ਨਹੀਂ ਦਿਆ। ਮੈਨੇ ਨਾ ਆਪ ਭੈਣ ਜੀ ਆਪ ਨਾ ਤੁਹਾਨੂੰ ਯਕੀਨ ਨਹੀਂ ਆਏਗਾ, ਮੈਂ ਰੈਪੀਡੈਕਸ ਇੰਗਲਿਸ਼ ਸਪੀਕਿੰਗ ਕੋਰਸ ਵਾਲੀ ਬੁੱਕ ਜਿਹੜੀ ਕਪਿਲ ਦਿਲ ਵਾਲੀ, ਹਾਂ ਜਿਹੜੇ ਸਾਡੇ ਟਾਈਮ 'ਤੇ ਸ਼ੁਰੂ ਹੋਈ ਸੀ, ਮੈਂ ਉਹ ਵੀ ਖਰੀਦੀ ਹੈ ਨਾ, ਉਹ ਵੀ ਉਹ ਕਰਿਆ। ਫਿਰ ਮੈਂ ਅਖਬਾਰ ਲਗਾਇਆ ਇੰਗਲਿਸ਼ ਦਾ, ਇੰਗਲਿਸ਼ ਦਾ ਅਖਬਾਰ ਲਗਾਇਆ ਨਾ, ਉਹਦੇ 'ਚ ਵੀ ਮੈਂ ਪੂਰੀ ਕੋਸ਼ਿਸ਼ ਕੀਤੀ। ਔਰ ਤੁਹਾਨੂੰ ਯਕੀਨ ਨਹੀਂ ਮੰਨੋਗੇ, ਮੈਂ ਤਾਂ ਇੰਡੀਆ ਗੇਟ ਜਾਂਦੀ ਸੀ, ਲਾਲ ਕਿਲ੍ਹਾ ਜਾਂਦੀ ਸੀ, ਅੰਗਰੇਜ਼ ਮਿਲ ਜਾ ਮੈਂ ਉਹਨਾਂ, ਅੰਗਰੇਜ਼ੀ ਆਉਂਦੀ ਨਾ ਥੋੜ੍ਹੀ ਬਹੁਤ, ਮੈਂ ਗੱਲ ਕਰ ਲੈਂਦੀ ਸੀ ਉਹਨਾਂ ਦਾ, ਮੈਨੂੰ ਸ਼ਰਮ ਨਹੀਂ ਆਉਂਦੀ ਸੀ। ਮੈਂ ਕਿਆ ਕਿਆ ਨਹੀਂ ਕੀਆ ਬਤਾਓ, ਮੈਨੇ ਅਬ ਨਹੀਂ ਆਤੀ ਤਾਂ ਨਹੀਂ ਆਤੀ, ਖਾਲੀ ਇੰਗਲਿਸ਼ ਹੀ ਸਭ ਕੁਛ ਹੋਤੀ ਹੈ, ਹੋਰ ਕੁਛ ਨਹੀਂ ਹੋਤਾ। ਇਹ ਪਿਕਚਰ ਆਈ ਸੀ ਨਾ ਸ਼੍ਰੀਦੇਵੀ ਵਾਲੀ, ਤੁਸੀਂ ਦੇਖੀ ਸੀ ਨਾ, ਇੰਗਲਿਸ਼ ਵਿੰਗਲਿਸ਼ ਮਰ ਗਈ ਨਾ, ਮੈਂ ਵੀ ਮਰ ਜਾਣਾ ਇੱਕ ਦਿਨ, ਤੁਸੀਂ ਦੇਖ ਲੈਣਾ ਭੈਣ ਜੀ। ਨਹੀਂ ਮੈਂ ਰੋ ਨਹੀਂ ਰਹੀ ਹਾਂ, ਮੇਰਾ ਕੋਲੈਸਟ੍ਰੋਲ ਵੀ ਹਾਈ ਹੈਗਾ, ਯੂਰਿਕ ਐਸਿਡ ਵੀ ਹੈ, ਥਾਇਰਾਇਡ ਵੀ ਹੈਗਾ, ਮੈਨੂੰ ਡਾਕਟਰ ਕਹਿ ਚੁੱਕਿਆ, ਹਾਂ ਉਹ ਕਹਿ ਚੁੱਕਿਆ ਕਿ ਆਪਕੋ ਕਬ ਅਟੈਕ ਆ ਜਾਏ ਪਤਾ ਨਹੀਂ ਹੈ। ਮੈਂ ਪੰਮੀ ਨੇ ਪਾਮਨ ਦੱਸਿਆ, ਕਹਿੰਦੀ ਇਹ ਤਾਂ ਐਸੀ ਬੋਲਤੇ ਰਹਤੇ ਹੈ, ਇਨਕੋ ਕਿਹਾ, ਇਹ ਤਾਂ ਖੁਸ਼ ਹੋ ਰਹੇ ਹੋਏਗੇ, ਅੱਛਾ ਜਾਨ ਛੁੱਟੇ। ਮੈਂ ਹੈਲਥ ਕੇ ਲਈ ਨਾ ਜਿਮ ਜੁਆਇਨ ਕਰਨਾ ਚਾਹੁੰਦੀ ਹਾਂ, ਤਾਂ ਕਿ ਇਹ ਵੀ ਨਹੀਂ ਜਾਣ ਦਿੰਦੇ ਉਹਨੇ, ਜਿਮ ਵੀ ਨਹੀਂ ਜਾਣ ਦਿੱਤੇ, ਬੋਲਤੇ ਉੱਦਾਂ ਨਾ ਟ੍ਰੇਨਰ ਠੀਕ ਨਹੀਂ ਹੈ, ਉਸਕਾ ਕਰੈਕਟਰ ਖਰਾਬ ਹੈ, ਟ੍ਰੇਨਰ ਕਾ ਕਰੈਕਟਰ ਖਰਾਬ ਹੈ। ਆਪਣਾ ਕਰੈਕਟਰ ਦੇਖਿਆ ਇਹਨਾਂ ਨੇ, ਤੁਹਾਨੂੰ ਕੀ ਦੱਸਾਂ ਮੈਂ, ਸਾਰਾ ਦਿਨ ਸੰਨੀ ਲਿਓਨੀ ਦੀ ਪਿਕਚਰਾਂ ਦੇਖਦੇ ਨੇ, ਮੇਰੇ ਨਾਲ ਗੱਲ ਕਰ ਰਹੇ, ਭਾਈ ਮੈਂ ਠੀਕ ਹਾਂ ਤਾਂ ਅਗਲਾ ਬੰਦਾ ਜੋ ਮਰਜ਼ੀ ਹੋਏ। ਕਹਿੰਦੇ ਨਹੀਂ ਉਹ ਟ੍ਰੇਨਰ ਠੀਕ ਨਹੀਂ ਹੈ, ਮੈਨੇ ਪਤਾ ਕਰਾਇਆ, ਪਤਾ ਕਰਾਇਆ। ਆਪਣਾ ਕਰੈਕਟਰ ਦੇਖੋ ਕਿੰਨੇ ਠੀਕ ਹੈਗੇ, ਮੈਨੂੰ ਪਤਾ ਤੁਹਾਡਾ ਸਾਰਾ, ਮੈਂ ਕਿਉਂ ਕੀ ਦੱਸਾਂ,
मेरा करैक्टर पता करना ना भैन जी, सच्ची दस्सिया यह खन्ना ड्राइविंग स्कूल वाला है ना तुसी? हाँ, जितों तुसी भी सीखी सी, उन्दे को पुछना मेरा करैक्टर। मैनू गड्डी चलानी अजे भी नहीं आती, वैसे मैं गई सी सीखन वास्ते, पता तुहानू वो तो जो मुंडा है ना छो जो एक उन्हें रखा है अपना लड़का, पता नहीं की नाँ से उनका, हूँ हो गए 6 महीने इस गल्ल नू। तो मैं ड्राइविंग सीखन गई, उन्हें अपना मुंडा भेज दिता। अच्छा, मैं ड्राइविंग कर रही हूँ, मैंने ना कुछ डाउट होया, मैंने कहा मैंने बार बार टच करने की कोशिश कर रहा है, मैं एक दो बार अवॉइड किया, इन्हें घूरिया, उन्होंने समझ नहीं आया। तीसरी बार जब उन्हें किया ना, मैं खमाच के कष्ट चंड मारी मूँह ते, गड्डी जाकर ठुक गई पेड़ च, वो तो बोनट वोनट सब टूट गया। मैनू कहिंदा आपको पैसा भरना पड़ेगा, हम आपको ड्राइविंग लाइसेंस भी नहीं देंगे, आपने गाड़ी ठोक दी हमारी। मैं कहा तेरी ऐसी तैसी, इधर आ। मैं पास बुलाया, मैं क्या इधर आ। मैं कहा हाँ बोल, क्या कह रहा है? कहता आपको पैसा भरना पड़ेगा। मैं कस के थप्पड़ और मारा। मैं कहा पुलिस तक फोन करा, 100 नंबर ते हैं, तमीज नहीं है तेनू, गड्डी सिखा रहे लड़की छेड़ रहे हैं। लड़की तो हैगी है, मैं भैन जी और की हैगी, छोड़ो तुसी भी, मेरा करैक्टर की गल कर रहे हो तुहाडे भाई साहब, मेरा करैक्टर पुछो उन्हें खन्ना ड्राइविंग स्कूल वाले को, उन्होंने अज भी याद हैगा उनकी गड़ी ठोक के गई सी मैं। आए बड़े, चलो रखनी है मैं। हाँ तुसी परेशान हो, काम वाली आ जाए, भेज देना प्लीज़ प्लीज़ प्लीज़। हाँ भैन जी तुसी तो काम आते, और कौन काम आते, इधर दुनिया च कोई नहीं है मेरा। चलो ओके बाय। क्या बताऊँ मैं ना, एक मिनट अभी आती हूँ, मैं ना तंग आ गई हूँ, अभी दोबारा आती हूँ, सच में मेरा मूड बहुत ख़राब है, बाय। मेरे इतने बड़े बड़े रिश्ते आ रहे थे, इतने बड़े बड़े रिश्ते आ रहे थे, आपको तो यकीन ही नहीं आएगा, मैं सच्ची बता रही हूँ। हल्दीराम का पता होएगा, हल्दीराम तो सारी दुनिया जानती है, हल्दीराम के बेटे का रिश्ता मेरे लिए आया। वो मुझे लड़का बहुत लाइक करता था, मैंने ना घर वालों को बताया, मैंने कहा ऐसे ऐसे वो उन्होंने रिश्ता भेजा, वो तो तैयार है। घर पापा जी माने ही नहीं, पापा जी कहते इंटरकास्ट है, मैं तो नहीं करनी, बताओ कैंसिल करा दिया मेरा रिश्ता, मेरी जिंदगी बर्बाद हो गई। आज मैं जो हल्दी मेरे ऊपर लगनी थी हल्दीराम के घर जाके, वो लगी पम्मी के पापा के घर जाके। आज भी रिगार्ड करते हैं सारे हल्दीराम वाले मेरा, सच्ची बता रही हूँ। हाँ मैं आज भी जाती हूँ ना, सबको पता है हल्दीराम के जितने भी से, मैं कहीं पे भी चली जाऊँ, सच्ची मैं कुछ भी मंगाऊँ, एक गोलगप्पा नहीं होता चटनी वाला है ना, सौंफ डाल के जो देते हैं, मुझे हमेशा एक एक्स्ट्रा फ्री में दे के जाता है। देख लेते दूर से मैडम आ गई, सारे ना खुशपुर करते हैं। इतना मेरा देखो स्टेटस है, आप भी, मैं आपको एक बात बताती हूँ, आप, अच्छा आपको यकीन नहीं आ रहा ना, आप एक काम करना, आप हल्दीराम जाना, मेरा नाम लेना, कह देना कि ये मैं जब भी जाती हूँ ना दूर से ही बोलते हैं आ गई स्वीटी आंटी रजौरी वाली, आप मेरा नाम ले देना, कहीं पे भी जाकर आपकी किट्टी होएगी ना, डिस्काउंट भी मिलेगा आपको 20% और गोलगप्पा भी फ्री मिलेगा आपको, सच्ची बता रही हूँ मैं, जाके नहीं करती मैं, आपको मेरे पे यकीन नहीं है ना, जाके देखो आप। इतने बड़े बड़े रिश्तेदार थे, फंसा दिया मुझे मम्मी के पापा के चक्कर में, पंडित की ऐसी थी तैसी। चलो अब मैं क्या सुनाऊँ अपने घर की कहानी, घर घर की यही कहानी है सच्ची में, क्या होता है और क्या हो जाता है सच्ची में। चलो आप एक काम करो, आप ना आप प्लीज़ मुझे ना थोड़ा सा आगे बढ़ाओ, मेरा ये यूट्यूब ना अच्छा चल नहीं रहा, मैं इतनी मेहनत करती हूँ आपके लिए, अच्छी अच्छी चीज़ें लेके आती हूँ, और मैं आप मेरा हल्दीराम पे जाके नाम लेना, सच्ची बता रही हूँ, मैं आपको ना डिस्काउंट भी लेना 20% मेरा नाम बदल देना, आप सिर्फ मेरा नाम ले देना, हाँ ठीक है, चलो ओके बाय, और फिर मिल दिया तुहानू, हल्दीराम की चाट लेकर आऊँगी ना आपके लिए, मैं आपको फ़ोन करूँगी, आपके नंबर है मेरे पास, और आप मुझे तब तक के लिए अलविदा बाय दोस्तों। ऐसा शाहरुख खान बोलते हैं, मैं ऐसे कैसे बोलूँगी, मूड ही ख़राब है यार, झाड़ू उठाती हूँ अपनी, हाय मर गई, ए देखो मेरी झाड़ू, मैं जा रही हूँ, बाय। आपसे ना नज़रें हटाने का मन कर नहीं रहा मेरा, लेकिन जाना तो पड़ेगा, बाय स्वीट हार्ट, बाय स्वीट आंटी आपकी। Thank you.